ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਆਪਾਂ ਅੱਜ ਆਏ ਹਾਂ ਆਪਣੇ ਖੇਤ, ਅੱਗੇ ਲਾਈ ਸੀ ਇੱਕ ਦਿਨ ਸਬਜ਼ੀ, ਅਤੇ ਅੱਜ ਆਪਾਂ ਆਏ ਹਾਂ ਗੇੜਾ ਮਾਰਨ, ਦੇਖਣ ਪਈ ਕਿੱਦਾਂ ਦੀ ਹੋਈ ਆ। ਦੇਖਦੇ ਹਾਂ ਵੇਲਾਂ ਜਿਹੜੇ ਲਾਏ ਸੀ, ਵੇਲਾਂ ਕਿੱਡੀਆਂ ਕਿੱਡੀਆਂ ਕੁ ਹੋਈਆਂ, ਕੋਈ ਜੜ੍ਹ ਜੁੜ੍ਹ ਫੜੀ ਕਿ ਨਹੀਂ। ਚਲੋ ਹੁਣ ਦੇਖਦੇ ਹਾਂ ਅੰਦਰ ਜਾ ਕੇ। ਪਾਣੀ ਦੇ ਤਾਂ ਭਰੇ ਪਏ ਆ ਡੱਬੇ। ਇੱਧਰ ਆ ਟਮਾਟੇ, ਫੜ ਗਿਆ ਯਾਰ ਇਹ ਵੀ। ਹਾਂ, ਜਕੀਨੀਆਂ ਦਾ ਬੂਟਾ, ਮਿਰਚਾਂ, ਇਹਨੂੰ ਤਾਂ ਫੁੱਲ ਨਿਕਲਣ ਲੱਗ ਪਿਆ ਥੋੜ੍ਹੇ ਥੋੜ੍ਹੇ। ਇਹ ਬੈਂਗਣਾਂ ਦੇ ਬੂਟੇ ਵੀ ਜੜ੍ਹ ਜੁੜ੍ਹ ਐਨ ਫੜ ਗਏ ਤਕਰੀਬਨ ਸਾਰੇ ਹਰੇ ਆ, ਉਹ ਖਰਾਬ ਹੈ ਨਹੀਂ ਵਿੱਚ ਸਾਰੇ। ਠੀਕ ਹੀ ਆ ਤਕਰੀਬਨ ਪੱਤੇ ਪੁੱਤੇ, ਘਾਹ ਹੋ ਗਿਆ ਵਿੱਚ, ਉਹਨਾਂ 'ਚ ਥੋੜ੍ਹਾ ਥੋੜ੍ਹਾ ਗੁੜ ਦਈਏ ਇਹਨਾਂ ਨੂੰ, ਜਾਪਾ ਮਾਰ ਦਈਏ। ਚਲੋ ਹੁਣ ਗੁੜ ਦੇ ਨਾਲ ਦੀ ਨਾਲ, ਇਹ ਕੱਲ੍ਹ ਮਾਕੇ ਜਿਹੇ ਬਹੁਤ ਪੈਂਦੇ ਵੇਲਾਂ ਨੂੰ। ਆਹ ਇੱਕ ਵਿਚਾਰੀ ਵੇਲ ਖਾ ਲਈ ਸਾਰੀ ਥੱਲੇ, ਇੱਥੇ ਡੁੰਡ ਰਹਿ ਗਿਆ ਇਹਦਾ ਤਾਂ। ਬਾਕੀ ਤਾਂ ਬਾਕੀਆਂ ਨੂੰ ਤਾਂ ਹੁਣ ਨਹੀਂ ਚੜ੍ਹਦੇ, ਵੱਡੀਆਂ ਹੋ ਗਈਆਂ। ਪਰ ਘਾਹ ਹੁੰਦਾ ਸੀ, ਘਾਹ ਗੁੱਡ ਹੋ ਗਿਆ। ਚਲੋ ਦੋ ਧੁੱਪਾਂ ਲੱਗ ਜਾਣ, ਵਧੀਆ ਬਣ ਜਾਣਾ ਖੇਤ। ਇੱਧਰ ਭਿੰਡੀਆਂ ਦੀਆਂ ਵੇਲਾਂ ਉੱਠ ਖੜੀਆਂ ਵਿੱਚ, ਥੋੜ੍ਹੀਆਂ ਜਿਹੀਆਂ ਬੀਜੀਆਂ ਸੀ। ਇੱਥੇ ਆਪਾਂ ਹੋਰ ਛੱਟਾ ਦੇ ਦਿੱਤਾ ਭਿੰਡੀਆਂ ਦਾ, ਜੇ ਮੀਂਹ ਪੈ ਗਿਆ ਇੱਥੇ ਹੋਰ ਹੋ ਜਾਣਗੀਆਂ ਸਾਰੇ ਥੈਂ 'ਚ। ਤੁਸੀਂ ਇੱਥੇ ਦਰਖਤ ਦਰਖਤ ਲਾਉਣਾ ਕਿ ਫਸਲ ਬੀਜਣ ਲੱਗੇ ਆ? ਹੈਂ, ਟੋਆ ਪੱਟਦੇ ਤੁਸੀਂ? ਅੱਧੀ ਹੁਣ ਡਬਲ ਫਸਲ ਬੀਜਿਆ ਕਰਨੀ ਹੈ। ਚੱਲ ਵਧੀਆ, ਆਹੋ ਪ੍ਰਯੋਗ ਕਰ ਕਰਕੇ ਦੇਖੋ। ਹੁਣ ਮਿਹਨਤਾਂ ਲਾ ਦੋ ਨਾ ਖੇਤ ਪੂਰਾ, ਪੁਦੀਨਾ ਪੁਦੀਨਾ ਲਾ ਦੋ, ਹੈਂ, ਪੁਦੀਨੇ ਦਾ ਖੇਤ ਲਾ ਦੇਣਾ ਹੁਣ। ਇਸ ਬੰਦੇ ਨੇ ਠੇਕੇ ਤੇ ਦਿੱਤਾ ਇਹਨਾਂ ਨੂੰ, ਇਹਦੇ ਵਿੱਚ ਇਹ ਖੇਤੀ ਚੋਂ ਫੇਲ ਹੋ ਗਿਆ ਸੀਗਾ, ਇਹਨੇ ਛੱਡਤੀ ਖੇਤੀ ਹੁਣ, ਖੇਤੀ ਛੱਡਤੀ ਹੁਣ ਇਹਨੇ ਬਾਹਰ ਚੱਲ ਜਾਣਾ, ਬਾਹਰਲੇ ਮੁਲਕ ਇੰਡੀਆ ਚੱਲ ਜਾਣਾ। ਕੀ ਨਹੀਂ ਹੈ ਨਾ।
ਫੂਤ ਨਾ ਇੰਡੀਆ ਵਾਲਾ ਚਾਹੀਦਾ ਨਾ, ਇਹ ਤਾਂ ਸਵਾਦ ਪੂਰਾ ਜੇ ਕਰਨੇ ਨੂੰ ਆ ਬਸ, ਇਹ ਤਾਂ ਬਸ ਮਾੜਾ ਜਿਹਾ ਇਹ ਹੋ ਜਾਂਦਾ ਵੀ ਚਰਨੀ ਬਣੀ ਆ, ਪਰ ਉਹ ਚੀਜ਼ ਨਹੀਂ ਬਣਦੀ। ਹਾਂ ਛੋਟੇ ਪੱਤੇ ਵਾਲਾ ਵਧੀਆ, ਇਹਦਾ ਪੂਤਨਾ ਪੂਤਨਾ ਇਹ ਤਾਂ ਸਾਰਾ ਬਲੂੰਗੋ ਇੱਥੋਂ ਖਾਊ। ਉਹ ਲੈ ਵੀ ਉੱਧਰ ਪਾਣੀ ਦਾ ਵੀ ਇੰਤਜ਼ਾਮ ਕਰਤਾ ਆਪਣੇ ਬੰਦੇ ਨੇ, ਆ ਗਿਆ ਫਿਰ ਪਚਾਤਾ ਪਾਣੀ, ਹੈ ਪਾਣੀ ਟਿੱਬਿਆਂ ਦੇ ਚਾੜਤਾ, ਪੂਰੇ ਪੂਰੇ 2 ਸਾਲਾਂ ਬਾਅਦ ਪਾਣੀ ਪਹੁੰਚਿਆ ਇੱਥੇ, ਹੈ ਆਹੋ ਪਾਣੀ ਦੇ ਕਰਕੇ ਫਸਲ ਨਹੀਂ ਸੀ ਹੁੰਦੀ। ਦੋ ਸਾਲਾਂ ਬਾਅਦ ਪਾਣੀ ਆਇਆ ਤੇਰੇ ਖੇਤਾਂ 'ਚ, ਇਹ ਤਾਂ ਪੂਤਨਾ ਪੂਤਨਾ ਹੋ ਜੂ ਬੜਾ ਕਰਾਰਾ ਪੂਤਨਾ। ਕਾਗਜ਼ੀ ਨਿੰਬੂ ਲੱਗਣੇ ਹੈ ਤਾਰੇ, ਉਹਨਾਂ ਦੇ ਪੈਸੇ ਲੱਗਦੇ ਆ ਮਾਰਕੀਟਾਂ 'ਚ। ਉਹਦੇ ਵਿੱਚ ਵੀ ਪਾ ਦੀ ਹੁਣ, ਇਹਦੇ ਵਿੱਚ ਪਰਲੇ ਪਾਸੇ ਆ ਡਰਮ ਜਿਹੇ 'ਚ ਵੀ ਆ ਵੀ ਭਰਦੇ ਹੁਣ, ਇਹ ਸੁਣੋ ਦੂਏ ਜੋਰ ਨੀ ਤੱਕਾ ਰਹੇ ਅੰਕੋਰਾ ਲਾਏ ਦੇ ਤੂੰ ਵੀ 2-4 ਬੂਟੇ, ਹੁਣ ਪਾਣੀ ਤਾਂ ਬੰਦੇ ਨੇ ਲਾਇਆ ਕਰਨਾ, ਨਾਲ ਦੀ ਨਾਲ 2-4 ਤੇਰੇ ਹੋ ਜਾਊਗੇ ਦਰਖਤ। ਵਾ ਭਰ ਗਿਆ ਕਹੀਂ, ਉਹਨੂੰ ਤੂੰ ਬੰਦ ਕਰ ਦੇਵੇ ਫੇਰ ਬਹਾ ਤਾਂ ਰਹਿਣ ਦੇ, ਕਹੀਂ ਉਹਨੂੰ ਤੂੰ ਕਰ ਦੇਵੇ ਬੰਦ। ਕਰਦੇ ਕਰਦੇ ਬੰਦ ਹੋ ਗਿਆ ਪਾਣੋ ਪਾਣੀ, ਪਾਣੀਓ ਪਾਣੀ ਹੋ ਗਿਆ। ਤੰਤੂ ਕਿਉਂ ਦੀ ਕਿਉਂ ਦੀ ਤੰਤੂ ਸੀ 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 ਦਾ ਕਿਉਂ ਦੀ ਤੰਤੂ ਅੱਜ ਤਾਂ ਪੂਰੀ ਲੇਬਰ ਲੱਗੀ ਹੋਈ ਆ,
ਮੈਂ ਕਿਹਾ ਪੂਰੀ ਲੇਬਰ ਲੱਗੀ ਹੋਈ ਆ ਜੇ ਪੂਰੇ ਪੂਰਾ ਇੰਡੀਆ ਸੈਨੇਗਲ ਸਭ ਇਕੱਠਾ ਹੋਇਆ। ਸਬਜ਼ੀਆਂ ਸਬਜ਼ੀਆਂ ਕਰਤੀਆਂ, ਟਰਾਲਾ ਭਰਿਆ ਕਰੂ ਹੁਣ ਸਿੱਧਾ ਮਿਲਾਨ ਨੂੰ, ਸਿੱਧਾ ਮੰਡੀ ਨੂੰ, ਹੋਰ ਚੀਮੇ ਦਾ ਟਰੱਕ ਭਰ ਦਿਆ ਕਰਨਾ। ਸਾਰੇ ਪਰ ਲੋੜੇ ਨੀ ਪੈਂਦੀ, ਇੱਕ ਵਾਰੀ ਲਾਇਆ ਸੀ ਜਿੱਦਣ ਬੂਟੇ ਬੂਟੇ ਲਾਏ ਆ, ਮੁੜ ਕੇ ਮੀਂਹੇ ਪਈ ਜਾਂਦੇ ਆ, ਮੁੜ ਕੇ ਮੀਂਹੇ ਪਈ ਜਾਂਦੇ ਆ। ਉਹ ਬੁੜੇ ਜਿਹੇ ਨੇ ਕਾਫੀ ਵਧੀਆ ਬਣਾ ਦਿੱਤਾ ਉਹਨੇ ਤਾਂ, ਪੂਰੇ ਉਹ ਖੇਤੀ ਕਰਦਾ ਪੂਰੀ ਅਸਲ ਦੇ ਵਿੱਚ, ਹੈਨਾ। ਹੁਣ ਤੈਂ ਬਣਾ ਦਿੱਤਾ ਸਿਹਰੇ ਪੂਰਾ ਜਾਲੀ ਜੁਲੀ ਲਾ ਕੇ, ਉੱਥੇ ਨੀ ਮੱਛਰ ਜਾ ਸਕਦਾ, ਸ਼ਾਮ ਨੂੰ ਬਹੁਤ ਹੁੰਦਾ ਮੱਛਰ। ਨਹੀਂ ਉਹ ਸੰਤ ਸਧੇੜਾ ਤਾਂ ਏਦਾਂ ਚੱਕਿਆ ਜਿਹਦਾ ਦਾਰੂ ਪਾਉਣ ਲੱਗੇ ਹੁੰਦੇ ਆ ਇੱਥੇ, ਹੋਰ ਉਹੀ ਆਹੋ ਉਹੀ ਘਾਟਾ ਰਹਿ ਗਿਆ ਹੁਣ। ਆਲੂਆਂ ਦੀ ਖੇਤੀ ਵਧੀਆ, ਉਦਾਂ ਆਲੂਆਂ ਦੀ ਖੇਤੀ ਵਧੀਆ, ਹੈ ਨਾ। ਪੁੱਛਣ ਦੀ ਲੋੜ, ਉਹ ਇੱਕ ਵਾਰੀ ਆਲੂ ਬੀਜਿਓ। ਹੈ ਅੱਛਾ, ਬੀਅਰ ਦੇ ਨਾਲ ਵੀ ਹੈ। ਮੈਂ ਵੀ ਬੰਦੇ ਨੇ ਦੱਸਤੀ ਦਵਾਈ ਜੇ ਲਮਾ ਕੇ ਪੈਂਦੇ ਬੂਟਿਆਂ ਨੂੰ, ਤੇ ਬੀਅਰ ਰੱਖਦਾ ਮਾੜੀ ਮਾੜੀ ਕੌਲੀ ਦੇ ਵਿੱਚ ਪਾ ਕੇ ਰੱਖਦਾ, ਬੀਅਰ ਪੀ ਕੇ ਲਮਾ ਕੇ ਸ਼ਰਾਬੀ ਹੋ ਜਾਂਦੇ ਆ। ਹੈ ਘੋਗੇ ਘੋਗੇ ਹੈ ਬਣਾ ਦੇ ਇੱਕ ਵਾਰੀ ਗੁੜ ਦੇ। ਮੈਂ ਤਾਂ ਗੁੱਡੀ ਵਿੱਚ ਤਾਂ ਗਿੱਲੀ ਪਾਣੀ ਪੂਣੀ ਤਾਂ ਲੋੜ ਨਹੀਂ ਹਰੇ, ਉੱਦਾਂ ਇੱਥੇ ਵੀ ਵਧੀਆ ਚੀਜ਼ ਬਣਦੀ ਆ, ਇੱਥੇ ਵੀ ਠੀਕ ਆ, ਮੌਸਮ ਤੇ ਡਿਪੈਂਡ ਆ ਨਾ, ਮੌਸਮ ਬਹੁਤ ਵਧੀਆ ਆ ਇੱਦਾਂ ਦਾ। ਧੁੱਪ ਦੇ ਨਾਲ ਹੀ ਆ ਉਹ ਤਾਂ ਹੁਣ ਆਪਣੇ ਆਪਾਂ ਜਿਹੜੇ ਪਹਿਲੇ ਬੂਟੇ ਸੀ ਮੇਰੇ ਉਹ ਤੁਰੇ ਨਹੀਂ ਹੈਗੇ, ਔਰ ਜਿਹੜੇ ਹੁਣ ਬਾਅਦ ਦੇ ਵਿੱਚ ਲਾਏ ਸੀਗੇ ਉਹ ਧੁੱਪ ਹੋਣ ਲੱਗੇ ਆ ਬਾਅਦ ਦੇ ਵਿੱਚ ਮੀਹਾਂ ਮੋਹਾਂ ਤੋਂ, ਉਹ ਸਬਜ਼ੀ ਐਤਕੀ ਬਹੁਤ ਹੋ ਜਾਂਦੀ ਹੈ ਜੀ, ਕਿਰਪਾ ਮਹਾਰਾਜ ਦੀ ਕਿਰਪਾ ਦੇ ਨਾਲ।
tanti indiani en Sénégal questo momento per collaborare con governo senegalesi per fare tanti lavoro nel orto e sì come cereale questo tutto perché noi nostro governo è cambiato a questo momento abbiamo cambiato presidente della Repubblica ma quello che abbiamo prima non lavorava niente veramente e dati soldi i francesi solo francesi ਉੱਪਰ ਬੱਦਲਵਾਲੀ ਹੋ ਗਈ ਹੈ ਨਾ ਬੱਦਲਵਾਈ ਹੋ ਗਈ ਆ ਮੀਂਹ ਆ ਜਾਣਾ ਅੱਜ ਸ਼ਾਮ ਨੂੰ ਆ ਕਾਲੇ ਆ ਹੈ ਸਾਰੇ ਆ ਕਾਲੇ ਆ ਆਹ ਉਰੇ ਦੂਜੇ ਆ ਜਾਮਣੀ ਆ ਜਿਹੜੇ ਉਹਦੇ ਗੋਲ ਗੋਲ ਨਾਲ ਉਹ ਚਿੱਟੇ ਆ ਸਾਰੀ ਫਸਲ ਸਾਰੀ ਲਾਈਓ ਆਪਾਂ ਵਰਾਇਟੀ ਸਾਰੀ ਲਾਈਓ ਆਪਾਂ ਹੋ ਜਾਣ ਇੱਕ ਵਾਰੀ ਫੇ ਨਹੀਂ ਆਪਣੀ ਉਦਾਂ ਤਾਂ ਇੱਕ ਬੂਟੇ ਨੂੰ ਇੱਕ ਦਾ ਸਰ ਜਾਂਦਾ ਪੰਜ ਛੇ ਉਤਰੇ ਹੁੰਦੇ ਆ ਮੈਨੂੰ ਕੱਦੂ ਬਹੁਤ ਸੀਰੀ ਯਾਰੀ ਆਏ ਹਲੇ ਤਾਂ ਚੱਲੀ ਜਾਂਦੇ ਇੱਕ ਮੈਂ ਰੱਖਿਆ ਸੀ ਮੈਨੂੰ ਕਹਿੰਦਾ ਰੱਖ ਲਾ ਬੀਜ ਪਾਉਣਾ ਹੈ ਆਲਮਾ ਆਹੋ ਉਹ ਹੁਣ ਮੈਂ ਕਿਸੇ ਦਿਨ ਵੱਢਿਆ ਮੈਨੂੰ ਕਹਿੰਦਾ ਬੀਜ ਕੱਢ ਕੇ ਦੇ ਬੀਜਣੇ ਬੰਦਾ ਲੱਗਾ ਵੇ ਡੱਬਿਆਂ ਵਾਲਾ ਕੰਮ ਸ਼ੁਰੂ ਕਰਨ ਹੈਨਾ ਡੱਬਾ ਸਿਸਟਮ ਰੋਟੀ ਦਾ ਦੁਪਹਿਰ ਦੀ ਸ਼ਾਮ ਦੀ ਰੋਟੀ ਵੀ ਜੇ ਤਾਂ 20 ਕੁ ਗਾਹਕ ਬਣਦੇ ਆ ਫੇਰ ਤਾਂ ਕਰ ਲੈਣਾ ਹੈਨਾ ਘੱਟੋ ਘੱਟ 20 ਤਾਂ ਹੋਣ ਹੈਨਾ ਸਾਲ ਦਾ ਕੰਡਕਟ ਪਏ ਚਾਹੀਦਾ ਕਰੋ ਕੰਡਕਟ ਆਹੋ 20 ਤਾਂ ਬੰਦੇ ਚਾਹੀਦੇ ਆ ਉੱਧਰ ਦੇਖ ਲਾ ਉੱਧਰ ਜੱਟ ਵੀ ਲੱਗਾ ਖੇਤਾਂ ਦੇ ਵਿੱਚ ਹੈ ਉਹ ਜੱਟ ਫੇਰ ਕੀ ਨਵੇਂ ਬੰਦੇ ਨੇ ਖੇਤੀ ਸ਼ੁਰੂ ਕੀਤੀ ਆ ਦੇਖਦੇ ਆ ਕਿੱਦਾਂ ਦੀ ਹੁੰਦੀ ਆ ਹੈਨਾ ਸੈਨੇਗਲ ਵਾਲਿਆਂ ਦੀ ਖੇਤੀ ਦੇਖਦੇ ਆ ਨਵੀਂ ਖੇਤੀ ਦੇਖਦੇ ਆ ਐਤਕੀ ਬੀਜਿਆ ਸਿਰਫ ਮੈਂ ਪੂਤਨਾ ਹੀ ਆ ਹੈਨਾ ਬੰਦੇ ਨੇ ਬੀਜਿਆ ਸਿਰਫ ਪੂਤਨਾ ਹੀ ਆ ਹਲੇ ਪ੍ਰਯੋਗ ਕਰਦਾ ਵੀ ਪ੍ਰਯੋਗ ਨਵੇਂ ਨਵੇਂ ਪ੍ਰਯੋਗ ਕਰਨੇ ਨੂੰ ਜਦੋਂ ਆਲੂ ਲਾਉਣੇ ਫਿਰ ਕੰਮ ਆਊਗਾ ਢੇਰ ਮੈਂ ਕਿਹਾ ਆਲੂ ਜਦੋਂ ਲਾਉਣੇ ਕੰਮ ਆਊਗਾ ਵੇ ਨਹੀਂ ਕੋਈ ਤੂੰ ਨਵੀਂ 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 ਤਜਰਬਾ ਕਰਕੇ ਦੇ ਕੋਈ ਨਵੀਂ ਖੇਤੀ ਜਾ ਇੱਥੇ ਏਦਾਂ ਕਰ ਇੱਥੇ ਨਹੀਂ ਜਾਲੀ ਜੇ ਪਾ ਕੇ ਮੁਰਗੇ ਰੱਖ ਲੈ ਚਾਰ ਇੱਥੇ
ਹੈਨਾ ਮੁਰਗੇ ਇਹਦੇ ਉੱਤੇ ਪਾ ਕੇ ਹਲਦੀ ਦੀ ਖੇਤੀ ਸ਼ੁਰੂ ਕਰੋ। ਸਹੀ ਗੱਲ ਹੈ ਇੱਥੇ ਉਦਾਂ ਨਾ ਮੈਂ ਲਾਈ ਸੀ ਅੱਗੇ ਹੋ ਤਾਂ ਗਈ ਸੀ ਪਰ ਉਹ ਟਾਈਮ ਨਹੀਂ ਹੈਗਾ ਗੰਢੀ ਨਹੀਂ ਪਈ ਚੱਜ। ਤਾਰੇ ਕਰੋ ਫੇਰ ਵੀ ਪ੍ਰਯੋਗ ਹਲਦੀ ਵਾਲਾ ਵੀ ਐਤਕੀ ਆਉਂਦੀ ਵਾਰੀ ਕਰਦੇ ਆ ਲੈਣ ਹਲਦੀ ਲਾ ਅੱਧੀ ਸਲ ਆਲੂ ਲਾ ਦੇਵਾਂਗੇ ਅੱਧੀ ਸਲ ਇੱਕ ਲੈਣ ਆਲੂਆਂ ਹੀ ਲਾ ਲੈਣੀ ਇੱਕ ਹਲਦੀ ਇਦਾਂ ਕਰ ਲੈਂਦੇ ਸੀ ਸ਼ਨੀਵਾਰ ਸਲਾਦਾ ਸੁਦੂਦਾ ਲਾਇਆ ਕਰਨਾ ਅਗਲੇ ਸਾਲ ਆਪਾਂ ਮੈਚ ਵੀ ਆ ਗਿਆ ਹੁਣ ਮੈਚਾਂ ਤੇ ਪਹੁੰਚੇ ਅਗਲੇ ਐਤਵਾਰ ਆਹੋ ਪਹੁੰਚਣੇ ਚਾਹੀਦੇ ਸਾਰੇ ਪਹੁੰਚੋ ਫੇਰ ਮੈਚਾਂ ਤੇ ਵੀ ਨਾਲੇ ਲੰਗਰ ਪੂਰਾ ਚੱਲੂਗਾ ਟਿੱਕੀਆਂ ਦਾ ਸਮੋਸਿਆਂ ਦਾ ਪੂਰਾ ਚੱਲੂ ਲੰਗਰ ਆਪਣੇ ਬੰਦਿਆਂ ਵੱਲੋਂ ਵੀ ਸਟਾਲ ਹੈਗਾ ਦੁੱਧ ਸੋਡੇ ਦਾ ਇਹਦਾ ਪਹੁੰਚਣਾ ਚਾਹੀਦਾ ਸਾਰਿਆਂ ਨੂੰ ਗੁਰੂ ਘਰ ਆਇਆ ਲਾਗੇ ਟੋਟਲ ਲੰਗਰ ਵਰਤੂ ਇੱਥੇ ਇੱਦਾਂ ਮੌਜ ਆ ਲੰਗਰ ਪਾਣੀ ਦੀ ਬਾਬੇ ਦੀ ਕਿਰਪਾ ਚਾਹੀਦਾ 19 ਤਰੀਕ ਨੂੰ ਫਿਰ ਕਰ ਲਓ ਫਿਰ ਗੱਡੀਆਂ ਤੇ ਆ ਚੱਲੀਏ ਫਿਰ ਕਬੱਡੀ ਇਟਲੀ ਦੀ ਕਬੱਡੀ ਦੇਖਣ ਚੱਲੀਏ ਫਿਰ No, quello noi messo altro settimane fa, una settimana fa. Adesso c'è freddo, no, non cresce subito, quando diventa un po' caldo. Questo tempo è giusto, perché prima c'era freddo, freddo non va bene, adesso è tempo giusto. Ok, provo. Magari dopo, ma lo metto tanto, anche aglio, se vuole non serve, ma aglio voglio quello, perché è più originale. Aglio servono troppo morbido terra. Prendi un sacco di sabbia, metti un pochettino terra, qua come fatto qua, e sì, perché dove abitavo prima lì, c'è una italiana che abitava lì. Allora? Andiamo. Torni guanti adesso, non serve più. Torni adesso! È finito il lavoro, no? Adesso è finito. Metto su garas. Per prossimo. Sì. Io vado a casa. Cosa mangiato oggi? Cosa mangiare oggi cena? Oggi cena? Riso pesce. No, non è riso pesce. Riso normale. Però con pomodoro. Con pomodoro perché? Perché domenica quella... come noi? Quel pesce, come si dire? Uno da Chicago fanno. Pesce... E poi dopo mette su piano sole, rigiare, quando era secca e poi non si rovina più. È quello che mangiamo. Anche il nostro paese, il nostro mare, il governo prima ha venduto i francesi, anche gli altri paesi. E licenza del pesare
ma noi tanti anni che non abbiamo pesce nel nostro paese. È finito. Ma adesso hanno cambiato tutto. Adesso sì, adesso quasi 200 barche di senegalesi si andano adesso per cercare pesce. Ma prima no. ਹੁਣ ਤੇ ਚੱਲੀਏ ਘਰਾਂ ਨੂੰ, ਹੁਣ ਛੁੱਟੀ ਕਰੀਏ ਖੇਤਾਂ, ਚਲੋ ਮੱਛਰ ਹੋ ਗਿਆ।